ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ ਜੋ ਸਭ 'ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ਿਸ਼ਾਂ ਕਰਨੇ ਵਾਲਾ ਹੈ। ਅੱਜ ਦਾ ਇਹ ਸਤਸੰਗ ਅਸੀਂ ਹਜ਼ਰਤ ਫਰੀਦ ਸਾਵਰੀ ਦੇ ਇੱਕ ਕਲਾਮ ਤੋਂ ਸ਼ੁਰੂ ਕਰਾਂਗੇ। ਹਜ਼ਰਤ ਫਰੀਦ ਸਾਵਰੀ ਜੋ ਕਿ ਬੜੀ ਬੰਦਗੀ ਕਰਨ ਵਾਲੇ ਫਕੀਰ ਹੋਏ, ਇੱਕ ਰੱਬ ਦੇ ਸੱਚੇ ਆਸ਼ਿਕ ਹੋਏ ਹੈ ਔਰ ਉਹਨਾਂ ਨੇ ਆਪਣੇ ਜੀਵਨ ਦੇ ਜ਼ਰੀਏ ਔਰ ਆਪਣੇ ਸ਼ਬਦਾਂ ਦੇ ਜ਼ਰੀਏ, ਕਲਾਮਾਂ ਦੇ ਜ਼ਰੀਏ, ਬਚਨਾਂ ਦੇ ਜ਼ਰੀਏ ਇਹ ਸੰਸਾਰ ਨੂੰ ਉਹ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਦਿਸ਼ਾ, ਜਿਹੜਾ ਮਾਰਗ ਇਨਸਾਨ ਨੂੰ ਇਹ ਸੰਸਾਰ ਨੂੰ ਪਰਮਾਤਮਾ ਤੱਕ, ਉਸ ਪਰਮਾਨੰਦ ਤੱਕ ਲੈ ਕੇ ਜਾਂਦਾ ਹੈ। ਇੱਕ ਸ਼ਬਦ ਦੇ ਅੰਦਰ ਹਜ਼ਰਤ ਫਰੀਦ ਸਾਵਰੀ ਬੜਾ ਪਿਆਰਾ ਲਿਖਦੇ ਹੈ ਔਰ ਕੀ ਲਿਖਦੇ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਸਵਾਲ ਪੁੱਛਾਂਗੇ, ਕਿਉਂਕਿ ਫਿਰ ਅਸੀਂ ਇਸ ਸ਼ਬਦ ਤੋਂ ਸਤਸੰਗ ਨੂੰ ਅੱਗੇ ਲੈ ਕੇ ਚਲਾਂਗੇ ਕਿ ਅੱਜ ਤੁਸੀਂ ਉਸ ਮਾਲਕ ਦੇ ਚਰਨਾਂ 'ਚ ਕੁਛ ਪਾਉਣ ਆਏ ਹੋ ਜਾਂ ਗੁਆਉਣ ਆਏ ਹੋ। ਪਾਉਣ ਆਏ ਪਰ ਤੁਹਾਨੂੰ ਇੱਕ ਗੱਲ ਇਹ ਵੀ ਕਹਾਂਗੇ ਕਿ ਪਾਉਣ ਵੀ ਆਏ ਹੋ ਤਾਂ ਗੁਆਉਣ ਵੀ ਆਏ ਹੋ। ਹੁਣ ਤੁਸੀਂ ਕਹਿਣਾ ਇਹ ਕਿੱਦਾਂ, ਅਸੀਂ ਤਾਂ ਪਾਉਣ ਆਏ, ਗੁਆਉਣ ਕੀ ਆਏ ਹਾਂ? ਜਰਾ ਹੁਣ ਸਮਝ ਲੈਣਾ, ਹਮੇਸ਼ਾ ਇਨਸਾਨ ਦਾ ਧਿਆਨ ਪਾਉਣ ਵੱਲ ਹੀ ਹੁੰਦਾ ਹੈ। ਮੈਂ ਕੁਛ ਪਾਉਣ ਆਉਣਾ ਹੈ, ਮੈਂ ਕੁਛ ਹਾਸਿਲ ਕਰਨ ਆਉਣਾ ਹੈ, ਪਰ ਇੱਕ ਗੱਲ ਯਾਦ ਰੱਖੋ, ਪਾਉਣ ਤੋਂ ਪਹਿਲਾਂ ਸਾਨੂੰ ਕੁਛ ਗੁਆਉਣਾ ਵੀ ਪਏਗਾ। ਸਮਝ ਲਓ ਕਿ ਇੱਕ ਬਰਤਨ ਨੂੰ ਭਰਨ ਤੋਂ ਪਹਿਲਾਂ ਜੋ ਉਸ ਬਰਤਨ ਵਿੱਚ ਪਹਿਲਾਂ ਇਕੱਠਾ ਹੈ ਨਾ, ਉਹਨੂੰ ਸਾਫ਼ ਵੀ ਕਰਨਾ ਪਏਗਾ। ਇਹਨੂੰ ਇੱਦਾਂ ਸਮਝ ਲਓ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਕੰਕਰ ਪੱਥਰ ਲੈ ਕੇ ਜਾ ਰਹੇ ਹੋ, ਮੁੱਠੀ ਭਰੀ ਹੋਈ ਹੈ ਕੰਕਰ ਪੱਥਰਾਂ ਦੇ ਨਾਲ, ਔਰ ਅੱਗੇ ਜਾਂਦੇ ਜਾਂਦੇ ਇੱਕ ਫਕੀਰ ਮਿਲ ਜਾਂਦਾ ਹੈ ਜੋ ਤੁਹਾਨੂੰ ਹੀਰੇ ਮੋਤੀ ਦੇਣਾ ਚਾਹੁੰਦਾ ਹੈ, ਤਾਂ ਹੁਣ ਤੁਹਾਡੇ ਹੱਥਾਂ 'ਚ ਪਹਿਲਾਂ ਹੀ ਕੰਕਰ ਪੱਥਰ ਭਰੇ ਹੋਏ ਹੈ, ਤਾਂ ਹੁਣ ਫਕੀਰ ਕੀ ਕਹੇਗਾ? ਭਾਈ ਪਹਿਲਾਂ ਇਹਨੂੰ ਗੁਆ, ਇਹਨੂੰ ਖਾਲੀ ਕਰ, ਛੱਡ ਇਹਨੂੰ, ਕਿਉਂਕਿ ਇਹਨੂੰ ਛੱਡੇਗਾ ਤਾਂ ਫਿਰ ਹੀ ਮੈਂ ਜੋ ਤੈਨੂੰ ਦੇਣਾ ਚਾਹੁੰਦਾ ਹਾਂ ਉਹ ਮੈਂ ਤੈਨੂੰ ਦੇ ਸਕਦਾ, ਕਿਉਂਕਿ ਜਿਹੜਾ ਬਰਤਨ ਪਹਿਲਾਂ ਹੀ ਭਰਿਆ ਹੋਵੇ ਉਹਨੂੰ ਭਰਿਆ ਨਹੀਂ ਜਾ ਸਕਦਾ, ਪਰ ਜੇ ਬਰਤਨ ਨੂੰ ਨਵੀਂ ਚੀਜ਼ ਨਾਲ ਭਰਨਾ ਹੈ, ਅੱਛੀ ਚੀਜ਼ ਨਾਲ ਭਰਨਾ ਹੈ, ਤਾਂ ਜੇ ਪਹਿਲਾਂ ਵਿਅਰਥ ਉਸ ਬਰਤਨ ਵਿੱਚ ਇਕੱਠਾ ਹੈ ਨਾ, ਉਹਨੂੰ ਖਾਲੀ ਕਰਨਾ ਹੀ ਪਏਗਾ। ਇਸ ਕਰਕੇ ਤੁਸੀਂ ਠੀਕ ਹੈ ਕਿ ਪਾਉਣ ਆਏ ਹਾਂ, ਪਰ ਉਹਦੇ ਨਾਲ ਨਾਲ ਅਸੀਂ ਇਹ ਕਹਾਂਗੇ ਗੁਆਉਣ ਵੀ ਆਏ ਹਾਂ। ਗੁਆਉਣ ਦਾ ਮਤਲਬ ਕੀ ਹੈ? ਛੱਡਣਾ, ਆਪਣੇ ਅੰਦਰੋਂ ਕੁਛ ਖਾਲੀ ਕਰਨਾ। ਹੁਣ ਪਰਮਾਤਮਾ ਤਾਂ ਆਪਣੀ ਰਹਿਮਤ ਦੇ ਨਾਲ, ਉਹ ਮਾਲਿਕ ਤਾਂ ਆਪਣੀ ਕਿਰਪਾ ਦੇ ਨਾਲ ਸਾਨੂੰ ਭਰਨਾ ਚਾਹੁੰਦੇ ਹੈ, ਪਰ ਕਈ ਵਾਰ ਦੇਖਿਆ ਕਿ ਇਨਸਾਨ ਭਰਪੂਰ ਕਿਉਂ ਨਹੀਂ ਹੁੰਦਾ? ਕਿਉਂਕਿ ਇਨਸਾਨ ਦੇ ਅੰਦਰ ਪਹਿਲਾਂ ਹੀ ਬਹੁਤ ਕੁਛ ਇਕੱਠਾ ਹੋਇਆ ਹੈ। ਉਹ ਪਹਿਲਾਂ ਕੀ ਇਕੱਠਾ ਹੈ, ਹੁਣ ਉਹਨੂੰ ਸਮਝ ਲਈਏ ਗੁਆਉਣਾ ਕੀ ਹੈ, ਕਿਉਂਕਿ ਪਾਉਣ ਦੀ ਗੱਲ ਤਾਂ ਫਿਰ ਬਾਅਦ ਵਿੱਚ ਕਰਾਂਗੇ, ਪਹਿਲਾਂ ਗੁਆਉਣਾ ਕੀ ਹੈ ਆਪਣੇ ਅੰਦਰੋਂ। ਤਾਂ ਯਾਦ ਰੱਖੋ, ਜੇ ਉਹਦੀਆਂ ਰਹਿਮਤਾਂ ਨੂੰ ਹਾਸਿਲ ਕਰਨਾ ਹੈ, ਉਹਦੀਆਂ ਬਖਸ਼ਿਸ਼ਾਂ ਨੂੰ ਹਾਸਿਲ ਕਰਨਾ ਹੈ, ਉਹਦੀ ਕਿਰਪਾ ਨੂੰ ਹਾਸਿਲ ਕਰਨਾ ਹੈ, ਤਾਂ ਫਿਰ ਉਹਦੀ ਕਿਰਪਾ ਨੂੰ ਹਾਸਿਲ ਕਰਨ ਵਾਸਤੇ, ਉਹਦੀ ਰਹਿਮਤ ਨੂੰ ਹਾਸਿਲ ਕਰਨ ਵਾਸਤੇ ਇਨਸਾਨ ਅੰਦਰ ਪ੍ਰੇਮ ਔਰ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ। ਪਰ ਹੁਣ ਪ੍ਰੇਮ ਔਰ ਵਿਸ਼ਵਾਸ ਹਾਸਿਲ ਕਰਨ ਵਾਸਤੇ ਸਾਨੂੰ ਆਪਣੇ ਆਪ ਨੂੰ ਚੈੱਕ ਕਰਨਾ ਪੈਣਾ ਕਿ ਪਹਿਲਾਂ ਸਾਡੇ ਅੰਦਰ ਕੀ ਕਚਰਾ ਇਕੱਠਾ ਹੋਇਆ ਹੈ, ਉਹ ਕੀ ਸਾਡੇ ਅੰਦਰ ਉਹ ਚੀਜ਼ਾਂ ਇਕੱਠੀਆਂ ਹੋਈਆਂ ਜਿਹੜੀਆਂ ਪਰਮਾਤਮਾ ਦੀ ਕਿਰਪਾ ਤੱਕ ਸਾਨੂੰ ਪਹੁੰਚਣ ਨਹੀਂ ਦਿੰਦੀਆਂ। ਪਹਿਲਾਂ ਤਾਂ ਇਹਨੂੰ ਸਮਝ ਲਈਏ ਕਿ ਗੁਆਉਣਾ ਕੀ ਹੈ। ਤਾਂ ਹੁਣ ਆ ਜਾਈਏ, ਜਰਾ ਗੌਰ ਨਾਲ ਇਹ ਪੁਆਇੰਟ ਸਮਝਣੇ, ਤੁਸੀਂ ਇਹ ਚੀਜ਼ ਨੂੰ ਸਮਝਣਾ, ਗੁਆਉਣਾ ਕੀ ਹੈ ਆਪਣੇ ਅੰਦਰੋਂ। ਸਭ ਤੋਂ ਪਹਿਲੀ ਚੀਜ਼ ਗੁਆਉਣੀ ਹੈ ਸ਼ੰਕਾ, ਕਿਉਂਕਿ ਇਨਸਾਨ ਜਿੱਥੇ ਸ਼ੰਕਾ ਕਰਨੀ ਚਾਹੀਦੀ ਹੈ ਉੱਥੇ ਬੰਦਾ ਸ਼ੰਕਾ ਕਰਦਾ ਨਹੀਂ, ਸ਼ੱਕ ਕਰਦਾ ਨਹੀਂ, ਜਿੱਥੇ ਵਿਸ਼ਵਾਸ ਕਰਨਾ ਚਾਹੀਦਾ ਹੈ ਉੱਥੇ ਬੰਦਾ ਸ਼ੱਕ ਕਰਨਾ ਸ਼ੁਰੂ ਕਰ ਦਿੰਦਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਕਈ ਵਾਰ ਇਹ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨ ਸ਼ੈਤਾਨ 'ਤੇ ਸ਼ੱਕ ਨਹੀਂ ਕਰਦਾ, ਪਰ ਭਗਵਾਨ 'ਤੇ ਬੰਦਾ ਸ਼ੱਕ ਕਰਦਾ ਹੈ। ਉਹ ਰੱਬ ਦੀ ਗੱਲ ਆਉਂਦੀ ਨਾ, ਭਗਵਾਨ ਦੀ ਗੱਲ ਆਉਂਦੀ ਹੈ, ਰੱਬ ਦੇ ਪਿਆਰਿਆਂ ਦੀ ਗੱਲ ਆਉਂਦੀ ਹੈ, ਤਾਂ ਫਿਰ ਸ਼ੱਕ ਕਰਦਾ ਹੈ। ਅੱਛਾ, ਇੱਦਾਂ ਹੋ ਵੀ ਸਕਦਾ ਕਿ ਨਹੀਂ? ਪਤਾ ਨਹੀਂ ਇਹ ਗੱਲ ਸੱਚੀ ਹੈ ਜਾਂ ਨਹੀਂ, ਰੱਬ ਹੋਏਗਾ ਵੀ ਜਾਂ ਨਹੀਂ। ਪਰ ਜਦੋਂ ਗੱਲ ਸ਼ੈਤਾਨ ਦੀ ਆਉਂਦੀ ਹੈ, ਬੁਰਾਈ ਦੀ ਆਉਂਦੀ ਹੈ, ਤਾਂ ਫਿਰ ਬੰਦਾ, ਹੁਣ ਜਰਾ ਧਿਆਨ ਦੇਣਾ, ਹੁਣ ਜੋ ਸਵਾਲ ਪੁੱਛਾਂਗੇ ਸੋਚ ਕੇ ਜਵਾਬ ਦੇਣਾ ਕਿ ਅਗਰ ਤੁਹਾਨੂੰ ਕੋਈ ਕਹਿ ਦੇਵੇ ਉਹ ਆਦਮੀ ਬਹੁਤ ਜ਼ਿਆਦਾ ਅੱਛਾ ਹੈ, ਤਾਂ ਉਹਤੇ ਜਲਦੀ ਯਕੀਨ ਨਹੀਂ ਹੋਏਗਾ। ਪਰ ਕੋਈ ਕਹਿ ਦੇਵੇ ਨਾ ਉਹ ਆਦਮੀ ਬਹੁਤ ਜ਼ਿਆਦਾ ਬੁਰਾ ਹੈ, ਮਾੜਾ ਹੈ, ਤਾਂ ਉਹਤੇ ਬੜੀ ਜਲਦੀ
यकीन हो जाएगा हाँ भी होना ही है क्योंकि इन्ने बंदियां ने कहता होएगा। इतों पता लगता है कि इंसान नैगटिविटी से बुराई से जल्दी विश्वास कर लेता है तो अच्छाई से वह भगवान से परमात्मा से उसकी कृपा से इंसान जल्दी विश्वास नहीं करता। हुण ये गल तुसी भी याद रखनी कि जिहड़ी चीज़ ते तुसी ज़्यादा विश्वास करते हो ना उही चीज़ तुहाडे जीवन च आनी भी शुरू हो जाती है। जे तुसी बुराई ते विश्वास करते हो तो फिर तुहाडे जीवन च बुराई वधदी चली जाएगी, तो जे तुसी अपने मालिक ते अच्छाई ते सच्चाई ते परमात्मा दी रहमत ते विश्वास करते हो तो फिर तुहाडे जीवन च अच्छाई उहदी रहमत सच्चाई वधदी चली जाएगी। क्योंकि समझ लो कि विश्वास एक दरवाजा है, तुसी जिस चीज़ पर विश्वास करना है ना जिदा का विश्वास करना है ना उही चीज़ तुहाडे जीवन च एंटर करनी दाखिल करनी शुरू कर देनी है। इसलिए जरा गौर करना, जे तुसी यह विश्वास करोगे कि दुनिया बहुत माड़ी है तो तुहाडे जीवन च सदा हालात माड़े ही रहेंगे, तुहाडे नाल उही आदमी मिलेंगे जो माड़े होंगे क्योंकि तुहाडा विश्वास करते हैं माड़े ते। तो जे तुसी विश्वास करोगे कि दुनिया बहुत अच्छी है क्योंकि मेरे मालिक ने बनाई है और जिहड़ी चीज़ मेरे मालिक ने बनाई है वह माड़ी कभी हो ही नहीं सकती, तो फिर तुहाडे हालात इदां दे शुरू होंदे हुणे शुरू हो जाएंगे कि तुहाडे नाल अच्छे लोग ही मिलेंगे और अच्छा ही होना शुरू हो जाएगा। ये गल याद रखना हमेशा, क्योंकि विश्वास जिदा फिर एक बार दोहरावांगे, विश्वास एक ऐसा दरवाजा है कि जिस चीज़ पर तुसी विश्वास करना है ना उही चीज़ तुहाडे जीवन च दाखिल करनी है। ताही असी कहीदा कि अच्छाई पर विश्वास करो, अपने मालिक की रहमत पर विश्वास करो। जे असी मालिक की रहमत को अपने जीवन च लियाना चाहते हैं, उसकी कृपा को अपने जीवन च लियाना चाहते तो उसकी कृपा पर विश्वास करो कि हर जगह मेरे मालिक की कृपा उसकी रहमत मेरे नाल है। हुण तुसी ओ दरवाजा अपने नाल लैके जा रहे हो विश्वास का जिहदे थ्रू रहमत ही आनी है तुहाडे तक। बोलो समझदे हो कि नहीं? जिदा बंदा कहिंदा ना कि मैं अपनी अखां ते ऐनक ला के जा रहा हाँ ताकि हर जगह ठंडक ही रहे, ये सूरज की तेज गर्मी मेरी अखा चुभे ना, मैं परेशानी ना हो। इसी तरह वो मालिक के अच्छाई के विश्वास का चश्मा अगर अपनी अखा से ला के तुसी किते भी चले जाओगे ना तो हर जगह वो ठंडक ही मिलेगी, वो शांति मिलेगी, वो रहमत ही मिलेगी। तो जे इंसान वो मैगनीफाई गिलास लैके घूमे होंगे ना एक गिलास कि जे चो सूरज की किरण जाती है तो अग ला दें अगे जाके पता होएगा तुहानू इहनू किहनू पता है, जरा हथ खड़ा कर दिओ ताकि पता लगे। क्योंकि एक शीशा हुंदा इदां दा कि उहनू इदां रखो ना सूरज की रोशनी वल, फिर अंदरों एक जो सूरज की रोशनी वह गिलास के जरिए शीशे के जरिए गुजरती है तो अगे जाके इन्नी बरीक जी जाती है, इकट्ठी हो जाती है रोशनी कि जे तुसी अखबार से या किसी कख के उपर कान उपर इत्थे तक तीली के उपर भी तुसी उहनू कुछ सैकेंड वास्ते लगातार मारोंगे तो तीली भी बल जाएगी, अखबार को अग लग जाएगी। बचपन च ऐसी तो कई बार करते रहे, शायद तुसी भी किया हो। कई बार तो साढ़े दादा जी होंदे सी उन्होंने अपनी ऐनक लभनी है, मेरी ऐनक कित्थे गई तो असी ऐनक लगे कोठे से बैठे होना ऐदा करते होना वो तो फिर उन्होंने कहना उन्होंने कोल ही होनी है, शाह जी के कोल ही होनी, लभो जाके उन्होंने। क्योंकि उस वेले शीशे घट तो बजुर्गों की ऐनक नाल ही असी, क्योंकि नंबर लगा हो तो फिर ऐनक नाल भी हो जाता काम। सो दसना की चाहते हैं, अगर असी शंका नू लैके चलांगे तो फिर अग ही लगेगी साडे जीवन च। जरा सोच के देखो, पति पत्नी च बड़ा प्यार है, जे शंका आ गई अग लगेगी नहीं जीवन च, लड़ाई झगड़ा होएगा। बाप बेटे च बड़ा प्यार है, शंका आ गई तो झगड़े होणगे, क्योंकि झगड़ा अग यानी क्रोध गुस्सा, और जिथे शंका होएगी उथे गुस्से की अग तो लगनी लगनी है, बच ही नहीं सकता कभी। तो जिथे विश्वास का ठंडा चश्मा होएगा वो ऐनक होएगी उत्थे हर एक जगह ठंडक ही मिलेगी। फिर धुप कभी दुखा परेशानियां की धुप कभी अखां नू तकलीफ ही नहीं देगी। इसलिए जे जीवन नू तुसी सुखमय बनाना है तो तुहाडे हाथ च है कि वह गिलास लैके घूमना ना, क्योंकि माड़ी तो माड़ी गल जिदा कि जसूस हुंदा है ना वह गिलास लैके रखता है कि फिंगरप्रिंट मिल जाए ये मिल जाए, वह माड़ी माड़ी गल भी इदा बधा के देखते हैं। इदा के कई लोग होंगे है, कई इंसान इदा के होंगे है, वो छोटी जी गल भी इदा खिच देंगे कि छोटी जी गल भी बड़ा कर देंगे, जिहड़ी गल झगड़े वाली होएगी परेशानी वाली होएगी। समझदे हो? तो कई ऐसे होंगे है जिन्हें पता कि विश्वास जरूरी है, प्रेम जरूरी है, कोई कवे भी ना वो फलाना इदा, वह कहते यार यार मैनू तो यकीन है नहीं क्योंकि मैनू उत्ते विश्वास है। उहदे नाल की हुंदा? प्यार बनिया रहिंदा है। इसलिए अच्छाई पर विश्वास करना सीखिए।
अपने मालिक दी रहमतां ते विश्वास करना सीखीए तां फिर साडे जीवन खुशियां भी आणियां शुरू हो जांदियां ने। इस लई गुआणा की अपने अंदरों शंका, शंका कह दिंदे आ कि एवं इंसान कहिंदा मैनू रब दे यकीन है नहीं, मैनू रब दीआं रहमतां दे यकीन है नहीं। तो याद रखो जिन्ना शंका ना भरदे जाओगे रब का कुछ नहीं जाना, पर तुहाडी जिंदगी भी तकलीफां दुखां परेशानियां नाल भरदी चली जाएगी। तो जिन्ना तुसी विश्वास अपने अंदर करदे चले जाओगे उन्ना तुसी पाओगे कि मेरे अंदर एक सुकून है, एक शांति है, एक निडरता है। इसलिए जिहड़े प्रभु नाल प्यार करन वाले, अपने मालिक नाल प्यार करन वाले है, वो तो हमेशा यही कोशिश करते हैं कि मैं वह कर्म करा जित मेरा रब राजी रवे। वो दुखां तकलीफां तो नहीं डरते, किसी चीज की फिक्र नहीं करते। जरा समझना इस चीज। इसलिए इतने एक बड़ी प्यारी सच्ची घटना याद आ गई हज़रत मूसा के समय की। खुदा दे पैगंबर से हज़रत मूसा, उस समय जो उत्थे दा बादशाह सी उहदा नाम सी फिरौन। की नाम सी? फिरौन। हुण हज़रत मूसा नूं जदों परमात्मा का दर्शन होया, कलाम होई, हज़रत मूसा नूं खुदा ने अपना पैगंबर बनाया और हुक्म लाया कि सब तक मेरा पैगाम पहुँचा, मेरा पैगाम सब तक पहुँचा। तो मूसा सब नूं परमात्मा दे नाल जोड़ रहे हैं, उहदी बंदगी नाल जोड़ रहे हैं। पर फिरौन एक ऐसा बादशाह सी जिहड़ा अपने आप नूं खुदा कहिंदा सी कि मेरी पूजा घर घर होनी चाहीदी है, मैं ही खुदा हाँ। समझदे हो कि नहीं? क्योंकि उहदे अंदर खुदाई का दावा किया। उन्हें कुछ बादशाह ऐसे होए जिदा नमरूद होया, फिरौन होया, फिर ऐसी कह सकते हिरन के छप्पिया, हिरन के छप्पिया जो प्रहलाद का पिता से, उन्हें भी यह दावा किया कि मैं ही भगवान, इसलिए मेरी घर घर पूजा होनी चाहिए है। पर फिर उन्हों का अंत की होया ये सारी दुनिया जानती है। हुण इत्थे गल कर रहे फिरौन की, कि फिरौन की जो पत्नी सी उहदा नाम सी बीबी आसिया। बीबी आसिया, जरा समझना कि जदों हज़रत मूसा ने पैगाम देना शुरू किया, एक दिन फिरौन की पत्नी अपने महल की छत से खड़ी सी, क्योंकि फिरौन बादशाह सी तो भी बेगम सी, राणी सी, और तुहानू पता कि राणियों का रहन सहन दास दासियां हर वेले उन्होंने नाल होंदियां है। तो वह एक दिन महल की छत से सैर कर रही सी कि हज़रत मूसा बाहरली तरफ एक पेड़ के थले परमात्मा का पैगाम जिन्हें लोग इकट्ठे से उन्होंने सुना रहे, समझा रहे, सत्संग चल रहा है। तो उन्हें भी हज़रत मूसा के बोल जदों सुने तो वो मन पर भी असर होया उन्हां बोलों का, और उन्हें भी अपने मन च ही परमात्मा और मूसा मनना शुरू कर दिता। यानी मूसा मन लिया कि पैगंबर है तो मेरा रब इको ही है, अज तो मैं उसकी बंदगी करनी है। हुण कहिंदे जदों फिरौन नूं पता लगा कि मैं तो दुनिया नूं समझा रहा कि मैं ही भगवान हाँ, मैं ही रब हाँ, मेरी पूजा करो, पर इत्थे मेरी घर दे विच मेरी पत्नी ही मन के बैठी कि वह खुदा है और हज़रत मूसा खुदा दे पैगंबर, मैं तो रोक रहा कि मूसा कोई जावे ना, इत्थे मेरी पत्नी ही उसते ईमान लिया के बह गई है, उसते यकीन करके बह गई है। तो फिरौन नूं बड़ा गुस्सा आया। हुण जरा समझना, कहिंदे फिरौन ने पहला तो उन्हूं मूँह जवानी समझाने की कोशिश की। मूँह जवानी का मतलब जवान दे नाल कि जे तू मेरी पूजा ना की या मूसा नूं छड्ड के मैनू ना मन्निया तो फिर देख ली आ जो राणियां वाली ठाट वाट है ना, ये मैं सारी ते तो खो लैनी है। समझदे हो कि नहीं? क्योंकि इंसान के अंदर की हुंदा है कि मैं हमेशा महलां च रवां, दास दासियां हूँ, नौकर चाकर हूँ, अच्छा भोजन मिले, अच्छा कपड़ा मिले, पर देखो जिहदे अंदर परमात्मा का इश्क पैदा हो जाता फिर उन्हां चीज़ों की परवाह वो नहीं करता। हुण आसिया दे कोल बादशाह दी बेगम होने के नाते सब कुछ सी, दास दासियां, खान पान सब कुछ अच्छा सी, पर जो अंदर परमात्मा दे इश्क दा दीवा बलिया तो फिर उन्हें परवाह छड़ती। उन्हें एको ही गल कही फिरौन नूं कि जब तक मेरिया अखां नहीं खुलियां सी मैं अंधेरे च भटक रही सी, पर हुण मैनूं सच्चाई का पता लग गया कि सारी दुनिया का मालिक वो परमात्मा है, वह रब है, इसलिए हुण मैं उहदी बंदगी करनी है, उहनूं याद करना है, उहदा सिमरन करना है। इसलिए ऐ फिरौन तू जो कर सकता कर ले। कहता उस वेले फिरौन ने वो दासियां नूं हुक्म किया जिहड़ियां हर वेले राणी की सेवा च रहिंदियां सी कि अज तो इहदी कोई सेवा नहीं करनी, बल्कि की किया उसने कि इहदी बेइज्जती करनी है, बेअदबी करनी है, इहनूं भोजन नहीं देना,
ਹੁਣ ਕਹਿੰਦੇ ਉਹੀ ਦਾਸ ਦਾਸੀਆਂ ਜਿਹੜੀਆਂ ਰਾਣੀ ਦੇ ਅੱਗੇ ਹੱਥ ਜੋੜ ਕੇ ਖੜਦੀਆਂ ਸੀ, ਉਹਦੇ ਹੁਕਮ ਦਾ ਇੰਤਜ਼ਾਰ ਕਰਦੀਆਂ ਸੀ, ਉਹ ਹੁਣ ਕੋਈ ਉਹਨੂੰ ਬਾਲਾਂ ਤੋਂ ਫੜ ਕੇ ਘੜੀਸ ਰਹੀ ਹੈ ਕਮਰੇ ਦੇ ਅੰਦਰ ਹੀ, ਕੋਈ ਉਹਦੇ ਚਪੇੜਾਂ ਮਾਰ ਰਹੀ ਹੈ, ਯਾਨੀ ਤਰ੍ਹਾਂ ਤਰ੍ਹਾਂ ਨਾਲ ਉਹਨੂੰ ਤਸੀਹੇ ਦਿੱਤੇ ਜਾ ਰਹੇ ਆਸੀਆਂ ਨੂੰ। ਪਰ ਦੇਖੋ ਉਹਦੇ ਅੰਦਰ ਇਸ਼ਕ ਕੈਸਾ ਸੀ, ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਇਸ਼ਕ ਨਹੀਂ ਡਰਦਾ ਮੌਤ ਕੋਲੋਂ, ਭਾਵੇਂ ਸੂਲੀ ਚੜ੍ਹਨਾ ਪੈ ਜਾਵੇ। ਜਿਹੜੇ ਸੱਚੇ ਆਸ਼ਿਕ ਹੁੰਦੇ ਨੇ ਰੱਬ ਨਾਲ ਪ੍ਰੇਮ ਕਰਨ ਵਾਲੇ, ਫਿਰ ਉਹ ਮੌਤ ਦੀ ਵੀ ਪਰਵਾਹ ਨਹੀਂ ਕਰਦੇ, ਉਹ ਦੁਨੀਆਂ ਦੇ ਧਨ ਦੌਲਤ ਪਦਾਰਥਾਂ ਦੀ ਵੀ ਚਿੰਤਾ ਨਹੀਂ ਕਰਦੇ। ਨਹੀਂ ਤਾਂ ਇਨਸਾਨ ਕਹਿੰਦਾ ਮੈਨੂੰ ਆਹ ਸੁੱਖ ਮਿਲੇ, ਆਹ ਪਦਾਰਥ ਮਿਲੇ ਤਾਂ ਮੈਂ ਸਭ ਕੁਝ ਛੱਡਣ ਨੂੰ ਤਿਆਰ, ਇਹਦਾ ਹੋ ਜਾਂਦਾ ਕਿ ਨਹੀਂ? ਇਹ ਬੰਦਾ ਦੁਨੀਆਂ ਦੇ ਸੁੱਖਾਂ ਨੂੰ ਦੇਖ ਕੇ ਆਪਣੇ ਰੱਬ ਨੂੰ ਯਾਦ ਕਰਨਾ ਹੀ, ਆਪਣੇ ਰੱਬ ਦਾ ਨਾਮ ਲੈਣਾ ਹੀ ਬੰਦਾ ਭੁੱਲ ਜਾਂਦਾ ਹੈ। ਪਰ ਦੇਖੋ ਜਿਹਨਾਂ ਅੰਦਰ ਸੱਚਾ ਇਸ਼ਕ ਹੁੰਦਾ ਹੈ, ਉਹ ਮਹਿਲ ਚਵਾਰਿਆਂ ਦੀ ਸੁੱਖ ਸੰਪੱਤੀ ਦੀ ਚਿੰਤਾ ਨਹੀਂ ਕਰਦੇ, ਉਹ ਤਾਂ ਇਹ ਦੇਖਦੇ ਕਿ ਮੇਰਾ ਰੱਬ ਕਿੱਦਾਂ ਖੁਸ਼ ਹੋਏਗਾ, ਉਹ ਤਾਂ ਆਪਣੇ ਪ੍ਰਭੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੈ। ਇਸ ਲਈ ਕਹਿੰਦੇ ਹੈ ਕਿ ਬੜੇ ਤਸੀਹੇ ਦਿੱਤੇ ਗਏ ਆਸੀਆਂ ਨੂੰ, ਪਰ ਉਹਦੇ ਅੰਦਰ ਜੋ ਉਸ ਪਰਮਾਤਮਾ ਦੇ ਇਸ਼ਕ ਦਾ ਦੀਵਾ ਰੋਸ਼ਨ ਹੋ ਚੁੱਕਾ ਸੀ, ਉਹ ਹੁਣ ਬੁਝਣਾ ਥੋੜ੍ਹੀ ਸੀ, ਨਾ ਹੀ ਕੋਈ ਬੁਝਾ ਸਕਦਾ ਸੀ। ਤਾਂ ਹੀ ਤਾਂ ਕਹਿੰਦੇ ਨਾ ਬਾਲ ਚਿਰਾਗ ਇਸ਼ਕ ਦਾ ਯਾਰਾ, ਰੋਸ਼ਨ ਮੇਰੀ ਰੂਹ ਕਰ ਦੇ, ਮੈਂ ਮੇਰੀ ਨੂੰ ਮਾਰ ਮੁਕਾ ਤੇ ਅੰਦਰ ਤੂੰ ਹੀ ਤੂੰ ਕਰ ਦੇ, ਕਿ ਇੱਦਾਂ ਦਾ ਦੀਵਾ ਮੇਰੇ ਅੰਦਰ ਬਾਲ ਦੇ ਕਿ ਜਿਹਦੇ ਨਾਲ ਮੇਰੀ ਇਹ ਰੂਹ ਤੱਕ ਰੋਸ਼ਨੀ ਪਹੁੰਚ ਜਾਵੇ। ਔਰ ਇਹ ਦੀਵਾ ਕਿਹੜਾ ਹੁੰਦਾ ਹੈ? ਉਹਦੇ ਪ੍ਰੇਮ ਦਾ ਦੀਵਾ, ਉਹਦੇ ਇਸ਼ਕ ਦਾ ਦੀਵਾ। ਮੀਰਾ ਅੰਦਰ ਜਲਿਆ ਸੀ ਇਸ਼ਕ ਦਾ ਦੀਵਾ, ਤਾਂ ਕੋਈ ਬੁਝਾ ਨਹੀਂ ਪਾਇਆ, ਚਾਹੇ ਉਹਨੂੰ ਜ਼ਹਿਰ ਦੇ ਪਿਆਲੇ ਦਿੱਤੇ ਗਏ, ਚਾਹੇ ਕਿੰਨੀਆਂ ਤਕਲੀਫਾਂ ਦਿੱਤੀਆਂ ਗਈਆਂ। ਬੁੱਲੇ ਸ਼ਾਹ ਅੰਦਰ ਇਸ਼ਕ ਦਾ ਦੀਵਾ ਬਲਿਆ, ਤਾਂ ਉਹਨੂੰ ਵੀ ਕੋਈ ਬੁਝਾ ਨਹੀਂ ਪਾਇਆ, ਚਾਹੇ 12 ਸਾਲ ਕੰਜਰੀਆਂ ਦੇ ਘਰ ਨੌਕਰੀ ਕਰਨੀ ਪਈ। ਸਰਮਤ ਦੇ ਅੰਦਰ ਇਸ਼ਕ ਦਾ ਦੀਵਾ ਬਲਿਆ, ਤਾਂ ਉਹਨੂੰ ਵੀ ਕੋਈ ਬੁਝਾ ਨਹੀਂ ਪਾਇਆ, ਚਾਹੇ ਗਰਦਨ ਹੀ ਕਟਾ ਦਿੱਤੀ। ਮਨਸੂਰ ਅੰਦਰ ਬਲਿਆ, ਹੱਥ ਪੈਰ ਕਟਾ ਕੇ ਸੂਲੀ ਚੜ ਗਏ, ਪਰ ਉਹ ਦੀਵਾ ਕੋਈ ਬੁਝਾ ਨਾ ਸਕੇ। ਇਸ਼ਕ ਦਾ ਦੀਵਾ ਹੁੰਦਾ ਹੀ ਐਸਾ ਹੈ, ਕਿਉਂਕਿ ਜਿੱਥੇ ਸੱਚੀ ਮੁਹੱਬਤ ਹੋਵੇ ਉੱਥੇ ਫਿਰ ਇਨਸਾਨ ਦੁਨੀਆਂ ਦੀਆਂ ਤਕਲੀਫਾਂ ਦੁੱਖਾਂ ਦਰਦਾਂ ਤੋਂ ਡਰਦਾ ਨਹੀਂ ਹੈ, ਉਹ ਇੱਕੋ ਚੀਜ਼ ਤੋਂ ਡਰਦਾ ਹੈ। ਉਹ ਕਿਹੜਾ ਡਰ ਹੁੰਦਾ ਹੈ? ਉਹ ਪ੍ਰੇਮ ਦਾ ਡਰ ਹੁੰਦਾ, ਕਿਤੇ ਮੇਰਾ ਰੱਬ ਮੇਰੇ ਤੋਂ ਦੂਰ ਨਾ ਹੋ ਜਾਵੇ। ਇਹ ਤਾਂ ਦੁਨੀਆਂ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ। ਹੁਣ ਜ਼ਰਾ ਸੋਚੋ, ਆਸੀਆ ਪਹਿਲਾਂ ਤਾਂ ਠੀਕ ਸੀ, ਖਾਣ ਪਾਣ ਸਭ ਕੁਝ ਅੱਛਾ ਸੀ, ਪਰ ਜਿੱਦਾਂ ਰੱਬ ਦੇ ਇਸ਼ਕ ਦਾ ਦੀਵਾ ਅੰਦਰ ਬਲਿਆ ਤਾਂ ਤਸੀਹੇ ਸ਼ੁਰੂ ਹੋ ਗਏ, ਤਕਲੀਫਾਂ ਸ਼ੁਰੂ ਹੋ ਗਈਆਂ। ਇਹ ਗੱਲ ਬੜੀ ਸਮਝਣ ਵਾਲੀ। ਅੱਜ ਬੰਦਾ ਕੀ ਕਹਿੰਦਾ ਹੈ? ਬੰਦਾ ਕਹਿੰਦਾ ਹੈ ਮੈਂ ਰੱਬ ਦਾ ਨਾਮ ਲਵਾਂ ਤਾਂ ਲੈ ਵੀ ਮੇਰੇ ਸਾਰੇ ਕੰਮ ਸਹੀ ਹੋ ਜਾਣ। ਬੋਲੋ, ਸਮਝਦੇ ਹੋ ਕਿ ਨਹੀਂ? ਇਹ ਦੱਸਣਾ ਚਾਹੁੰਦੇ ਹਾਂ, ਕਈ ਵਾਰ ਆਸ਼ਕਾਂ ਨੂੰ ਥੋੜ੍ਹਾ ਤਕਲੀਫਾਂ 'ਚੋਂ ਵੀ ਗੁਜ਼ਰਨਾ ਪੈਂਦਾ ਹੈ, ਕਿਉਂਕਿ ਉਹ ਤਕਲੀਫ 'ਚ ਹੀ ਗੁਜ਼ਰ ਕੇ, ਉਹ ਅੱਗ 'ਚ ਹੀ ਗੁਜ਼ਰ ਕੇ ਹੀ ਤਾਂ ਸੋਨਾ ਨਿਖਰਦਾ ਹੈ। ਔਰ ਜਦੋਂ ਸੋਨੇ ਅੰਦਰ ਨਿਖਾਰ ਆਉਂਦਾ ਤਾਂ ਫਿਰ ਹੀ ਗਲੇ ਦਾ ਹਾਰ ਵੀ ਉਹ ਬਣਦਾ ਹੈ। ਬੋਲੋ, ਸਮਝਦੇ ਹੋ ਕਿ ਨਹੀਂ? ਕਹਿੰਦੇ ਆਸੀਆ ਨੂੰ ਜਦੋਂ ਤਕਲੀਫਾਂ ਦਿੱਤੀਆਂ ਜਾ ਰਹੀਆਂ ਸੀ, ਤਾਂ ਉਸ ਵੇਲੇ ਇੱਕ ਦਾਸੀ ਨੇ ਕਿਹਾ ਕਿ ਇਹ ਬੇਗਮ, ਜਦੋਂ ਤੱਕ ਤੁਸੀਂ ਬਾਦਸ਼ਾਹ ਦੀ ਗੱਲ ਮੰਨਦੇ ਸੀ ਤਾਂ ਕਿੰਨੇ ਆਰਾਮ ਵਿੱਚ ਸੀ, ਹੁਣ ਜਦੋਂ ਤੋਂ ਤੁਸੀਂ ਆਪਣੇ ਰੱਬ ਨਾਲ ਜੁੜੇ ਹੋ, ਮੂਸਾ ਨੂੰ ਮੁਰਸ਼ਦ ਮੰਨਿਆ ਹੈ, ਦੇਖੋ ਤੁਹਾਡੀ ਕੀ ਹਾਲਤ ਹੋ ਗਈ ਹੈ, ਦੇਖੋ ਤੁਹਾਡਾ ਹਾਲ ਕੀ ਹੈ। ਤਾਂ ਉਸ ਵੇਲੇ ਆਸੀਆ ਨੇ ਬੜੀ ਪਿਆਰੀ ਗੱਲ ਕਹੀ। ਕੀ ਗੱਲ ਕਹੀ? ਉਹ ਕਹਿੰਦੀ ਜਦੋਂ ਨਾ ਸਬਸਕ੍ਰਾਈਬ ਕੀਜੀਏ ਸਰਬ ਸਾਂਝਾ ਦਰਬਾਰ ਕਾਂਟੀਆਂ ਸ਼ਰੀਫ ਚੈਨਲ ਕੋ, ਔਰ ਬੈਲ ਆਇਕਨ ਦਬਾਈਏ ਮਾਲਕ ਜੀ ਕੀ ਲੇਟੈਸਟ ਸਤਸੰਗ ਕੀ ਵੀਡੀਓ ਕੋ ਸਭ ਸੇ ਪਹਿਲੇ ਦੇਖਨੇ ਕੇ ਲੀਏ।